ਤੇ ਵੀ ਸਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਸੋ ਜਿਹੜੀ ਪਿਛਲੇ ਦਿਨੀ ਤੁਸੀਂ ਦੇਖ ਰਹੇ ਹੋ ਕਿ ਵਿਵਾਦ ਜਿਹੜਾ ਬਹੁਤ ਜ਼ਿਆਦਾ ਗੁਰੂ ਨਾਨਕ ਮੋਦੀਖਾਨੇ ਦੇ ਜਿਹੜੇ ਸਰਪ੍ਰਸਤ ਬਣੇ ਬੈਠੇ ਆ ਬਲਜਿੰਦਰ ਸਿੰਘ ਜਿੰਦੂ ਜੀ, ਉਹਨਾਂ ਨੂੰ ਲੈ ਕੇ ਜਿਹੜਾ ਟੀਮ ਦੇ ਵਿੱਚ ਵਾਲੇ ਵਿਵਾਦ ਚੱਲ ਰਹੇ ਆ, ਤੁਸੀਂ ਬਹੁਤ ਸਾਰੇ ਜਿਹੜੇ ਆ ਇੰਟਰਵਿਊ ਸਾਡੇ ਵੀ ਦੇਖੇ ਤੇ ਉਹਨਾਂ ਦੇ ਵੀ ਦੇਖੇ। ਸਭ ਤੋਂ ਪਹਿਲਾਂ ਗੱਲ ਤਾਂ ਇਹ ਰੱਖਣੀ ਚਾਹੁੰਦੇ ਹਾਂ ਕਿ ਜਿਹੜੇ ਸਾਡੀ ਟੀਮ ਵੱਲੋਂ ਸਵਾਲ ਸੀਗੇ ਮੇਰੇ ਤੇ ਗੁਰਿੰਦਰ ਪ੍ਰਿੰਸ ਵੀਰ ਵੱਲੋਂ, ਉਹਨਾਂ ਦੇ ਸਾਹਮਣੇ ਰੱਖੇ ਗਏ ਸੀ, ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖੇ ਗਏ ਸੀ, ਸੰਗਤ ਦੇ ਚਰਨਾਂ 'ਚ ਰੱਖੇ ਗਏ ਸੀ, ਉਹਦਾ ਇੱਕ ਵੀ ਜਿਹੜਾ ਸਹੀ ਜਵਾਬ ਜਿਹੜਾ ਸਾਨੂੰ ਬਲਜਿੰਦਰ ਸਿੰਘ ਜਿੰਦੂ ਜੀ ਜਾਂ ਉਹਨਾਂ ਦੀ ਜਿਹੜੀ ਸੋ ਕਾਲਡ ਕੋਰ ਕਮੇਟੀ ਜਾਂ ਨਵੀਂ ਟੀਮ ਅਸੀਂ ਕਹਿ ਸਕਦੇ ਹਾਂ, ਉਹਨਾਂ ਵੱਲੋਂ ਨਹੀਂ ਦਿੱਤੇ ਗਏ। ਤੇ ਜਿਹੜੇ ਉਹਨਾਂ ਵੱਲੋਂ ਗਲਤ ਮਲਤ ਐਵੇਂ ਹੀ ਊਲ ਜ਼ਰੂਰ ਚੱਕ ਕੇ ਐਲੀਗੇਸ਼ਨ ਲਗਾਏ ਗਏ ਆ, ਉਹਨਾਂ ਐਲੀਗੇਸ਼ਨ ਦਾ ਤੁਹਾਨੂੰ ਜਵਾਬ ਦੇਣ ਵਾਸਤੇ ਤੇ ਜਿਹੜੇ ਅਗਲੇ ਸਵਾਲ ਹੈ ਜਿਹੜੇ ਅਗਲੇ ਸਵਾਲ ਅਸੀਂ ਉਹਨਾਂ ਦੇ ਸਾਹਮਣੇ ਆ ਸੰਗਤ ਦੇ ਚਰਨਾਂ ਵਿੱਚ ਰੱਖਣਾ ਚਾਹੁੰਦੇ ਹਾਂ, ਉਹ ਅੱਜ ਅਸੀਂ ਜਿਹੜੀ ਗੱਲ ਕਰਨ ਆਏ ਹਾਂ। ਤੇ ਅਗਰ ਤੁਸੀਂ ਕੋਈ ਸਟਾਰਟਿੰਗ ਕਰਨਾ ਚਾਹੁੰਦੇ ਹੋ ਕੁਐਸਚਨ ਤੋਂ ਪਲੀਜ਼ ਤੁਸੀਂ ਕਰ ਸਕਦੇ ਹੋ, ਉਸ ਤੋਂ ਬਾਅਦ ਜਿਹੜੀ ਮੈਂ ਗੱਲ ਆਪਣੀ ਫਿਰ ਰੱਖਣੀ ਸਟਾਰਟ ਕਰੂੰਗਾ। ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਹੋਈ ਹੈ ਜੀ ਘਾਟੇ ਦੀ, ਜਿਹੜਾ ਸਾਡੇ ਵੱਲੋਂ ਪੁੱਛਿਆ ਗਿਆ ਸੀਗਾ ਕਿ ਫਾਰਮਾਸਿਸਟ ਨੂੰ ਤੁਸੀਂ ਜਿਹੜੀਆਂ ਗਾਲਾਂ ਕਿਉਂ ਕੱਢਦੇ ਹੋ, ਤੇ ਉਹਨਾਂ ਨੇ ਕਿਹਾ ਵੀ ਮੈਨੂੰ ਘਾਟਾ ਪੈਂਦਾ 5 ਲੱਖ ਦਾ, ਮੈਂ ਫਾਰਮਾਸਿਸਟ ਨੂੰ ਗਾਲਾਂ ਕੱਢ ਕੇ ਭਜਾਉਣਾ, ਮੈਨੂੰ ਘਾਟਾ ਪੈਂਦਾ 4 ਲੱਖ ਦਾ, ਮੈਂ ਫਾਰਮਾਸਿਸਟ ਨੂੰ ਗਾਲਾਂ ਕੱਢ ਕੇ ਭਜਾਉਣਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜਾ ਐਲੀਗੇਸ਼ਨ ਲਗਾਇਆ ਗਿਆ ਸੀਗਾ 1 ਲੱਖ ਰੁਪਏ ਦਾ, ਉਹਨਾਂ ਦੇ ਜਿਹੜੇ ਆ ਬੰਦੇ ਆ, ਮੈਂ ਤੁਹਾਨੂੰ ਆ ਸਾਰੇ ਮੈਂ ਕਹੂੰਗਾ ਵੀ ਪਲੀਜ਼ ਜ਼ੂਮ ਕਰਕੇ ਤੁਸੀਂ ਦੇਖ ਸਕਦੇ ਹੋ, ਆ ਕਲਰ ਪ੍ਰਿੰਟ ਕਢਾਇਆ ਹੋਇਆ ਆ ਬੰਦਾ ਵੀਰ ਸਾਡਾ ਜਿਹੜਾ ਗੁਰਪਾਲ ਗਰੇਵਾਲ ਸਰਾਭਾ, ਪੀਲੀ ਪੱਗ ਬੰਨੀ ਹੋਈ ਆ, ਉਹਨਾਂ ਦੇ ਨਾਲ ਬੈਠਾ ਬਲਜਿੰਦਰ ਸਿੰਘ ਜਿੰਦੂ ਜੀ ਦੇ। ਇਹ ਕੌਣ ਨੇ? ਉਹ ਦੱਸਦੇ ਆ ਕਿ ਸੋ ਕਾਲਡ ਸਾਡੀ ਕੋਰ ਕਮੇਟੀ ਹੈ, ਉਹਨਾਂ ਦੇ ਹਿਸਾਬ ਨਾਲ ਕੋਰ ਕਮੇਟੀ ਹੈ, ਸਾਡੇ ਹਿਸਾਬ ਨਾਲ ਸੋ ਕਾਲਡ ਕੋਰ ਕਮੇਟੀ ਹੈ, ਕਿਉਂਕਿ ਜਦੋਂ ਸਾਡੇ ਵੱਲੋਂ ਪੁੱਛਿਆ ਗਿਆ ਸੀਗਾ ਕਿ ਕੋਰ ਕਮੇਟੀ ਕਿੱਥੇ ਹੈ ਜਾਂ ਕੋਈ 7 ਮੈਂਬਰੀ ਕੋਰ ਕਮੇਟੀ ਬਣਾਈ ਜਾਵੇ, ਉਦੋਂ ਕੋਈ ਜਵਾਬ ਨਹੀਂ ਆਉਂਦਾ ਸੀਗਾ ਕਿ ਕੋਰ ਕਮੇਟੀ ਕਿੱਥੇ ਹੈ ਜਾਂ ਕੋਈ ਮੈਂਬਰ ਬਣਾਉਣੇ ਹੈ ਜਾਂ ਸਿੱਖ ਵੈਲਫੇਅਰ ਕੌਂਸਲ ਨੂੰ ਰਜਿਸਟਰ ਕਰਾਉਣਾ ਜਾਂ ਗੁਰੂ ਨਾਨਕ ਮੋਦੀਖਾਨੇ ਦੇ ਜਿਹੜੇ ਸੰਵਿਧਾਨ ਹੈ ਜਾਂ ਆਪਣਾ ਕੀ ਰੂਲ ਹੈ ਰੈਗੂਲੇਸ਼ਨ ਹੋਣਗੇ ਉਹ ਰਜਿਸਟਰ ਕਰਾਉਣਾ। ਸੋ ਗੁਰਪਾਲ ਗਰੇਵਾਲ ਜੀ ਦੀ ਮੈਂ ਜਿਹੜੀ ਵੀਰ ਜੀ ਦੀ ਰਿਕਾਰਡਿੰਗ ਤੁਹਾਨੂੰ ਸੁਣਾਉਣਾ ਚਾਹੂੰਗਾ ਕਿ ਇਹਨਾਂ ਵੱਲੋਂ ਕੀ ਕਿਹਾ ਗਿਆ ਹੈ, ਉਹ ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਅਸੀਂ ਕੀ ਸਪਸ਼ਟੀਕਰਨ ਦੇਣਾ ਚਾਹੁੰਦੇ ਹਾਂ ਘਾਟੇ ਵਾਲੀ ਗੱਲ ਤੇ 1 ਲੱਖਾਂ ਦੀ ਗੱਲ ਤੇ। ਮੇਰੀ ਰਿਕਾਰਡਿੰਗ ਹੈ ਜੀ, ਗਰੇਵਾਲ ਸਾਹਿਬ ਨਾਲ ਮੈਂ ਗੱਲ ਕਰ ਰਿਹਾ, ਇਹ ਪ੍ਰਿੰਸ ਵੀਰ ਦੀ ਰਿਕਾਰਡਿੰਗ ਹੈ, ਇਹਦੇ ਐਂਡ ਵਿੱਚ ਤੁਹਾਨੂੰ ਪਤਾ ਲੱਗੂ ਕੀ ਗੱਲ ਹੁੰਦੀ ਹੈ। ਸਰ ਇਹ ਆਡੀਓ ਸਾਨੂੰ ਦੇ ਦਿਓ, ਤੁਸੀਂ ਅੱਗੇ ਸਵਾਲ ਆਪਣਾ ਰੱਖ ਲਓ, ਅੱਗੇ ਗੱਲ ਕਰੀ ਅੱਧੇ ਮਿੰਟ ਦੀ ਹੈ ਪਲੀਜ਼। ਉਹਦਾ ਸਾਰਾ ਐਂ ਤਾਂ ਉਹ
ਇਹਦੇ 'ਚ ਤੁਸੀਂ ਸੁਣ ਸਕਦੇ ਹੋ ਵੀਰੋ, ਉਹਨੇ ਆਪ ਕਿਹਾ ਗਰਿਆ ਸਾਹਿਬ ਨੇ ਵੀ ਜਿੰਦੂ ਕਹਿੰਦਾ ਮੈਂ ਪਾਉਣੇ ਆ ਵੀ ਮੇਰੇ ਹਿੱਸੇ ਮੈਂ ਆਪ ਹੀ ਚੱਕ ਕੇ ਪੈਸੇ ਦਿੱਤੇ। ਜਿਹੜੀ ਤੁਸੀਂ ਸਾਰਿਆਂ ਨੇ ਉਹਨਾਂ ਦੀ ਮੀਡੀਆ ਗੱਲਬਾਤ ਸੁਣੀ ਹੋਊਗੀ, ਉਹਦੇ ਵਿੱਚ ਬਲਜਿੰਦਰ ਸਿੰਘ ਜਿੰਦੂ ਜੀ ਕਹਿ ਰਹੇ ਨੇ ਕਿ ਲੱਖ ਰੁਪਈਆ ਵਿਆਹ ਵਾਸਤੇ ਤਰਨਜੋਤ ਲੈ ਗਿਆ ਤੇ ਇਹਨੇ ਚੱਕ ਕੇ ਦਿੱਤਾ, ਜੋ ਉਹਨਾਂ ਨੇ ਇਹਦੇ ਬਾਰੇ ਡਰਾਈਵਰ ਵਾਲੀ ਗੱਲ ਕਹੀ ਗਈ ਆ ਉਹਦਾ ਵੀ ਜਵਾਬ ਦੇਵਾਂਗੇ। ਤੇ ਇਹ ਜਿਹੜਾ ਨਾਲ ਬੈਠੇ ਆ ਜੀ ਸਾਡੇ ਵੀਰ ਗੁਰਪਾਲ ਗਲਿਆ ਸਰੱਭ, ਇਹਨਾਂ ਦੀ ਪ੍ਰਿੰਸ ਜੀ ਨਾਲ ਗੱਲ ਹੋ ਰਹੀ ਹੈ ਤੇ ਸਾਫ਼ ਆਡੀਓ ਦੇ ਵਿੱਚ ਕਿਹਾ ਜਾ ਰਿਹਾ ਕਿ ਜਦੋਂ ਤਰਨਜੋਤ ਦੀ ਲੱਖ ਰੁਪਏ ਵਾਲੀ ਗੱਲ ਸਾਹਮਣੇ ਆਈ ਤੇ ਮੈਂ ਤਰਨਜੋਤ ਨੂੰ ਕਿਹਾ ਜਿੰਦੂ ਨੂੰ ਭੌਂਕਣ ਦੇ ਵੀ ਲੱਖ ਰੁਪਏ ਤੋਂ ਕੋਈ ਸਾਨੂੰ ਇੰਨਾ ਡਰ ਨਹੀਂਗਾ। ਉਸ ਤੋਂ ਬਾਅਦ ਜਦੋਂ ਮੈਂ ਜਿੰਦੂ ਨੂੰ ਉੱਧਰ ਜਾ ਕੇ ਪੁੱਛਿਆ ਕਿ ਇਹ ਲੱਖ ਰੁਪਇਆ ਆਪਾਂ ਤਰਨਜੋਤ ਨੂੰ ਸਸਤਾ ਵਾਲਾ ਦੇਤਾ, ਤਾਂ ਰਿਕਾਰਡਿੰਗ ਦੇ ਵਿੱਚ ਸਾਫ਼ ਗਰੇਵਾਲ ਜੀ ਕਹਿ ਰਹੇ ਆ ਕਿ ਜਿੰਦੂ ਨੇ ਕਿਹਾ ਨਹੀਂ ਨਹੀਂ ਉਹ ਤਾਂ ਮੈਂ ਸੀਗਾ ਦਿੱਤਾ, ਮੈਂ ਵਿੱਚ ਪਾਉਣੇ ਨੇ। ਸੋ ਲੱਖ ਰੁਪਏ ਵਾਲੀ ਗੱਲ ਇੱਥੋਂ ਕਲੀਅਰ ਹੋ ਜਾਂਦੀ ਹੈ। ਦੂਜੀ ਗੱਲ, ਜਦੋਂ ਇਹ ਕਹਿੰਦੇ ਆ ਕਿ ਲੱਖ ਰੁਪਇਆ ਤਰਨਜੋਤ ਨੂੰ ਦੇਤਾ ਤੇ ਉਹ ਹੁਣ ਹਫ਼ਤੇ ਬਾਅਦ ਮੋੜਦਾ ਨਹੀਂ ਪਿਆ, ਸਾਡੀ ਕੋਰ ਕਮੇਟੀ ਨੂੰ ਜਦੋਂ ਪਤਾ ਲੱਗ ਗਿਆ ਕਿ ਲੱਖ ਰੁਪਇਆ ਅਸੀਂ ਵਾਪਸ ਲੈਣਾ, ਤੁਹਾਨੂੰ ਮੈਂ ਹਫ਼ਤੇ ਬਾਅਦ ਕਿਵੇਂ ਮੋੜ ਸਕਦਾ ਜਦ ਤੁਸੀਂ ਮੈਨੂੰ ਲੱਖ ਰੁਪਇਆ ਦੇਣ ਤੋਂ ਪਹਿਲਾਂ 15,000 ਤਿੰਨ ਮਹੀਨੇ ਦੀ ਵਿਆਜ ਕੱਟ ਕੇ 85,000 ਰੁਪਇਆ ਮੇਰੇ ਹੱਥ ਦੇ ਵਿੱਚ ਫੜਾ ਰਹੇ ਹੋ ਤੇ ਮੈਂ ਤੁਹਾਨੂੰ ਲੱਖ ਰੁਪਈਆ ਜਿਹੜਾ ਉਹ ਤਿੰਨ ਮਹੀਨੇ ਤੋਂ ਪਹਿਲਾਂ ਕਿੱਦਾਂ ਮੋੜ ਸਕਦਾ ਜੀ? ਤੁਸੀਂ ਮੈਨੂੰ ਮੀਡੀਆ ਦੇ ਸਾਰੇ ਇੱਥੇ ਪਹੁੰਚੋ ਜਵਾਬ ਦੇ ਸਕਦੇ ਹੋ ਇਸ ਗੱਲ ਦਾ ਕਿ ਅਗਰ ਮੈਨੂੰ 3 ਮਹੀਨੇ ਦੀ ਕੋਈ ਐਡਵਾਂਸ ਮੇਰੇ ਤੋਂ ਵਿਆਜ ਲੈ ਰਿਹਾ ਤੇ ਮੈਂ ਉਹਨੂੰ 3 ਮਹੀਨੇ ਤੋਂ ਪਹਿਲਾਂ ਕਿੱਦਾਂ ਮੋੜ ਸਕਦਾ ਪੈਸੇ? 5% ਹਿਸਾਬ ਨਾਲ ਵਿਆਜ ਦਾ। ਬਿਲਕੁਲ ਜੀ ਬਿਲਕੁਲ, ਮੈਨੂੰ ਜਦੋਂ ਪਤਾ ਲੱਗਿਆ ਸੀ ਕਿ ਇਹਨਾਂ ਦਾ ਫਾਈਨਾਂਸ ਦਾ ਕੰਮ ਹੈ, ਮੈਂ ਉਦੋਂ ਪ੍ਰਿੰਸ ਵੀਰ ਨੂੰ ਵੀ ਕਿਹਾ ਸੀ, ਮੈਨੂੰ ਥੋੜ੍ਹੀ ਜਿਹੀ ਝਿਜਕ ਆਉਂਦੀ ਸੀ ਕਿਉਂਕਿ 31 ਮਾਰਚ ਤੋਂ ਪਹਿਲਾਂ ਦੀ ਗੱਲ ਹੈ, ਮੈਨੂੰ ਇਹਨਾਂ ਨੇ ਬਹੁਤ ਮਿੰਨਤਾਂ ਕੀਤੀਆਂ ਕਿ 31 ਮਾਰਚ ਆ ਗਈ ਹੈ ਯਾਰ ਮੇਰੇ ਅਕਾਊਂਟਾਂ ਦੇ ਵਿੱਚ, ਖਾਤੇ ਦੇ ਵਿੱਚ ਐਂਟਰੀਆਂ ਪਾ ਦੇ, 2 ਲੱਖ ਰੁਪਇਆ, 3 ਲੱਖ ਰੁਪਇਆ। ਉਦੋਂ ਮੈਂ ਮਲੰਗ ਸੀ, ਉਦੋਂ ਮੈਂ ਨੰਗ ਸੀਗਾ, ਅੱਜ ਤੁਸੀਂ ਮਲੰਗ ਤੇ ਨੰਗ ਦੱਸਦੇ ਹੋ ਤੇ ਉਹ ਪ੍ਰਿੰਸ ਵੀਰ ਨੂੰ ਪਤਾ ਹੈ ਕਿ ਮੈਨੂੰ ਝਿਜਕ ਆਉਂਦੀ ਸੀ, ਮੈਂ ਗੱਲ ਕਹਿਣੀ ਨਹੀਂ ਸੀ ਚਾਹੁੰਦਾ। ਪ੍ਰਿੰਸ ਵੀਰ ਨੇ ਕਿਹਾ ਕਿ ਜਿੰਦੂ ਵੀਰ ਦਾ ਫਾਈਨਾਂਸ ਦਾ ਕੰਮ ਹੈ, ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇ ਸਕਦੇ ਹੋ। ਜਦੋਂ ਉਹਨਾਂ ਨਾਲ ਮੈਂ ਗੱਲ ਕੀਤੀ, ਮੈਨੂੰ ਸਾਫ਼ ਕਿਹਾ ਗਿਆ ਕਿ 3 ਮਹੀਨੇ ਬਾਅਦ ਅਗਰ ਮੁੜਨੇ ਆ ਤਾਂ ਵੀ ਮੇਰਾ ਹਿਸਾਬ ਤਾਂ ਬਹੁਤ ਸਟ੍ਰਿਕਟ ਹੈ ਤੇ ਮੈਂ 3 ਮਹੀਨੇ ਦੀ ਵਿਆਜ ਕੱਟ ਕੇ ਤੈਨੂੰ ਪੈਸੇ ਦੇ ਸਕਦਾ ਤੇ ਮੈਂ ਮਨਜ਼ੂਰ ਕਰਦਾ ਸੀ। ਮੈਨੂੰ 85,000 ਰੁਪਇਆ 3 ਮਹੀਨੇ ਦੀ ਵਿਆਜ ਜਿਹੜੀ ਕੱਟ ਕੇ ਉਹ ਫੜਾਇਆ ਗਿਆ ਸੀਗਾ ਤੇ ਅੱਜ ਮੈਂ 1,00,000 ਰੁਪਇਆ ਜਿਹੜਾ ਉਹ ਕਿੱਦਾਂ ਮੋੜ ਸਕਦਾ ਜੀ ਹਫ਼ਤੇ ਦੇ ਵਿੱਚ? ਦੂਜੀ ਗੱਲ ਇਹ ਦੱਸਦੇ ਆ ਮਲੰਗ, ਮੈਂ ਤਾਂ ਹੋ ਗਿਆ ਵਿਆਹ ਹੋਇਆ, ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਇਹਦਾ ਵਿਆਹ ਮੈਂ ਇਹਨੇ ਪੈਸੇ ਮੰਗੇ, ਮੇਰਾ ਤਾਂ ਬਣ ਗਿਆ ਪਰਿਵਾਰ। ਤੇ ਮਲੰਗ ਕਿਹਨੂੰ ਕਹਿੰਦੇ, ਉਹਦੀ ਡੈਫੀਨੇਸ਼ਨ ਕੀ ਹੁੰਦੀ ਆ ਸਾਰੇ ਮੀਡੀਆ ਵਾਲਿਆਂ ਨੂੰ ਪਤਾ, ਸਾਰੇ ਸਾਡੇ ਭਰਾਵਾਂ ਨੂੰ ਪਤਾ, ਸਾਰੀ ਦੁਨੀਆ ਜਾਣਦੀ ਆ ਕਿ ਛੜੇ ਛਲਾਂਗ ਬੰਦੇ ਨੂੰ ਮਲੰਗ ਕਿਹਾ ਜਾਂਦਾ ਤੇ ਦਾਸਦਾ ਦਾ ਪਰਿਵਾਰ ਬਣ ਗਿਆ। ਤੇ ਹੁਣ ਜਿੰਦੂ ਜੀ ਤੋਂ ਜਾ ਕੇ ਤੁਸੀਂ ਸਵਾਲ ਜਵਾਬ ਪੁੱਛ ਲਓ ਕਿ ਤੁਹਾਡਾ ਪਰਿਵਾਰ ਕਿੱਥੇ ਆ ਦੱਸ ਦੇਣ, ਫਿਰ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਲੱਗ ਜੂ ਕਿ ਮਲੰਗ ਕਿਹਨੂੰ ਕਹਿੰਦੇ ਆ ਤੇ ਬਲਜਿੰਦਰ ਸਿੰਘ ਜਿੰਦੂ ਨੂੰ ਵੀ ਪਤਾ ਲੱਗ ਜੂ ਕਿ ਮਲੰਗ ਕਿਹਨੂੰ ਕਹਿੰਦੇ ਆ। ਮੈਂ ਸਾਰੇ ਮੀਡੀਆ ਵਾਲਿਆਂ ਨੂੰ ਰਿਕੁਐਸਟ, ਭਰਾਵਾਂ ਨੂੰ ਬੇਨਤੀ ਕਰੂੰ ਕਿ ਜਾ ਕੇ ਪੁੱਛੋ ਤੁਹਾਡਾ ਪਰਿਵਾਰ ਕਿੱਥੇ ਆ। ਉਸ ਤੋਂ ਬਾਅਦ ਜੀ ਮੈਨੂੰ ਕਿਹਾ ਗਿਆ ਵੀ ਇਹ ਮੇਰੀ ਗੱਡੀ ਚਲਾਉਂਦਾ ਸੀ, ਪਿਛਲੇ 2.5 ਮਹੀਨੇ ਪਹਿਲਾਂ ਮੈਨੂੰ ਆ ਕੇ ਮਿਲਿਆ। ਇੱਥੇ ਬਹੁਤ ਸਾਰੀਆਂ ਇੱਦਾਂ ਦੀਆਂ ਫੋਟੋ ਨੇ ਜਿਹਦੇ 'ਚ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ। ਦੇਖੋ ਸਭ ਤੋਂ ਪਹਿਲੀ ਫੋਟੋ ਹੜਾਂ ਵੇਲੇ ਦੀ, ਸਾਰਿਆਂ ਨੂੰ ਪਤਾ ਹੋਊਗਾ ਕਿ ਹੜ ਅੱਜ ਤੋਂ ਮੇਰੇ ਖਿਆਲ ਨਾਲ ਸਤੰਬਰ ਜਾਂ ਅਗਸਤ ਸਤੰਬਰ ਦੀ ਗੱਲ ਆ ਹੜਾਂ ਵੇਲੇ ਦੀ। ਆਹ ਤਰਨਜੋਤ ਸਿੰਘ ਜਾਣੀ ਕਿ ਮੈਂ ਉਹਨਾਂ ਦੇ ਨਾਲ ਖੜਾ ਹੜਾਂ ਵੇਲੇ ਦੀ ਫੋਟੋ ਹੈ ਤੇ ਉਹ ਮੀਡੀਆ ਦੇ ਵਿੱਚ ਕਹਿ ਰਹੇ ਆ ਕਿ ਇਹ ਵੀਰ ਜਦੋਂ ਗੁਰੂ ਨਾਨਕ ਮੋਦੀਖਾਨਾ ਖੁੱਲਿਆ ਉਦੋਂ ਮੇਰੇ ਕੋਲ ਆਏ ਨੇ ਤੇ ਮੇਰੇ ਤੋਂ ਸੇਵਾ ਮੰਗੀ ਤੇ ਮੈਂ ਇਹਨਾਂ ਨੂੰ ਗੁਰੂ ਨਾਨਕ ਮੋਦੀਖਾਨਾ ਹੈਂਡ ਓਵਰ ਕਰਤਾ ਸੇਵਾ ਵਾਸਤੇ। ਤੇ ਜੇ ਤੁਸੀਂ ਕਹਿੰਦੇ ਹੋ 2 ਮਹੀਨੇ ਪਹਿਲਾਂ ਤੁਹਾਡੇ ਕੋਲ ਅਸੀਂ ਆਏ ਹਾਂ ਤੇ ਇਹ ਹੜਾਂ ਵਾਲੀ ਫੋਟੋ ਕਿੱਥੋਂ ਆ ਗਈ? ਮੈਂ ਤਾਂ ਨਹੀਂ ਕੱਢ ਕੇ ਲਿਆ, ਤੁਹਾਡੀ ਆਈ ਡੀ ਦੇ ਵਿੱਚੋਂ ਕੱਢੀ ਗਈ ਹੈ ਸਰਦਾਰ ਬਲਜਿੰਦਰ ਸਿੰਘ ਜਿੰਦੂ ਜੀ, ਇਹ ਤੁਹਾਡੀ ਆਈ ਡੀ ਦੇ ਵਿੱਚੋਂ ਫੋਟੋ ਕੱਢੀ ਗਈ ਜਿਹੜੀ ਤੁਸੀਂ ਅਪਲੋਡ ਕੀਤੀ ਹੈ ਤੇ ਤਰਨਜੋਤ ਇੱਥੇ ਨਾਲ ਖੜਾ ਕੀ ਕਰਦਾ? ਇਹਦਾ ਮਤਲਬ ਤੁਸੀਂ 7-8 ਮਹੀਨਿਆਂ ਤੋਂ ਜਾਂ ਸਾਲ 1.5 ਸਾਲ ਤੋਂ ਤੁਸੀਂ ਨੰਗਾ ਤੇ ਮਲੰਗਾ ਨੂੰ ਹੀ ਨਾਲ ਰੱਖਦੇ ਰਹੇ ਜਿਨ੍ਹਾਂ ਨੂੰ ਤੁਸੀਂ ਨੰਗਦੇ ਆ ਤੇ ਮਲੰਗ ਦੱਸਦੇ ਹੋ। ਖੜਾ ਮਿਲੇ ਤੁਸੀਂ 55,000 ਰੁਪਇਆ ਮੇਰੀ ਡਿਊਟੀ ਲਾਈ ਸੀ ਕਿ 55,000 ਰੁਪਇਆ ਤੁਸੀਂ ਸੇਵਾ ਪਾਉਣੀ ਹੈ, ਇਕੱਠੀ ਕਰਕੇ ਪਾਓ ਚਾਹੇ ਆਪਣੇ ਪੱਲਿਓ ਪਾਓ, ਮੈਂ ਨਹੀਂ ਲੈਣਾ ਦੇਣਾ, ਤੁਸੀਂ 55,000 ਰੁਪਇਆ ਤੁਹਾਡੀ ਜਿਹੜੀ ਡਿਊਟੀ ਲਾ ਦੀ। ਜੇ 55,000 ਰੁਪਇਆ ਤਰਨਜੋਤ ਸਿੰਘ ਦੀ ਡਿਊਟੀ ਲਾਈ ਗਈ ਤੇ ਅੱਜ ਤਰਨਜੋਤ ਸਿੰਘ ਨੂੰ ਕਿਹਾ ਜਾਂਦਾ ਕਿ 1,00,000 ਰੁਪਏ ਦੀ ਕ੍ਰੈਡੀਬਿਲਟੀ ਨਹੀਂ। ਜੇ ਤੁਸੀਂ ਲੋਕਾਂ ਦੀ ਡੋਨੇਸ਼ਨਾਂ ਖਾ ਖਾ ਕੇ ਫਾਈਨੈਂਸ ਦੇ ਉੱਤੇ ਲੋਕਾਂ ਦੀਆਂ ਕਮੇਟੀਆਂ ਖਾ ਖਾ ਕੇ ਤੁਸੀਂ ਬਿਲਡਿੰਗਾਂ ਬਣਾ ਲਈਆਂ, ਘਰ ਬਣਾ ਲਈਆਂ, ਗੱਡੀਆਂ ਬਣਾ ਲਈਆਂ ਤੇ ਅੱਜ ਤੁਸੀਂ ਲੋਕਾਂ ਨੂੰ ਮਲੰਗ ਦੱਸਦੇ ਹੋ, ਫਿਰ ਤੁਸੀਂ ਮਲੰਗਾਂ ਨੂੰ ਸੇਵਾ ਵਾਸਤੇ ਕਿਉਂ ਕਹਿੰਦੇ ਸੀ ਕਿ 55,000 ਰੁਪਇਆ ਸੇਵਾ ਪਾਓ? ਅੱਜ ਤੁਸੀਂ ਨੰਗਾਂ ਤੇ ਮਲੰਗਾਂ ਨੂੰ ਨਾਲ ਰੱਖਦੇ ਹੋ, ਹੁਣ ਤੁਸੀਂ ਕਹਿੰਦੇ ਨੰਗ ਤੇ ਮਲੰਗ ਨੇ। ਇਸ ਗੱਲ ਦੇ ਵਿੱਚ ਮੈਂ ਵੀ ਬੋਲਣਾ ਚਾਹੂੰਗੀ, ਜਿੱਦਾਂ ਕਿ ਵੀਰੇ ਨੇ ਹੁਣ ਦੱਸਿਆ ਕਿ ਅਗਸਤ ਸਤੰਬਰ ਦੇ ਵਿੱਚ ਪਿਛਲੇ ਸਾਲ ਜਦੋਂ ਹੜ੍ਹ ਆਏ ਸੀਗੇ ਉਸ ਟਾਈਮ ਦੇ ਵਿੱਚ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ ਸੀਗਾ ਡਿਊ ਟੂ ਕਿ ਮੇਰੀ ਵੀ ਆਪਣੀ ਹਸਤ ਐਨ ਜੀ ਓ ਦੇ ਨਾਮ ਤੋਂ ਐਨ ਜੀ ਓ ਦੇ ਪੇਸ਼ੈਂਟਸ ਦੀ ਹੈਲਪ ਕਰਦੀ ਹਾਂ, ਮੈਂ ਇਕੱਲੀ ਹਾਂ। ਮੈਨੂੰ ਫੋਨ ਲਾਈਵ ਦੇ ਉੱਤੇ ਕੰਟੈਕਟ ਕੀਤਾ ਗਿਆ, ਲਾਈਵ ਦੇ ਉੱਤੇ ਟੈਗ ਕਰਕੇ ਮੈਨੂੰ ਕੰਟੈਕਟ ਕੀਤਾ ਗਿਆ ਕਿ ਤੁਹਾਡੇ ਨਾਲ ਇੱਕ ਕੇਸ, ਪੇਸ਼ੈਂਟ ਦਾ ਕੇਸ ਆ ਉਹ ਡਿਸਕਸ ਕਰਨਾ। ਚਲੋ ਉਹ ਕੇਸ ਵੀ ਹੋ ਗਿਆ, ਕੀਤਾ ਅਸੀਂ, ਉਹਦਾ ਸਾਨੂੰ ਰਿਵਰਸ
ਉਦੋਂ ਮੈਨੂੰ ਕੰਟੈਕਟ ਕੀਤਾ ਗਿਆ ਕਿ ਮੈਡਮ ਲਾਈਵ ਤੇ ਸਾਡੇ ਨਾਲ ਤੁਸੀਂ ਜੁੜੋ, ਦੋਨਾਂ ਜੁੜਨਗੇ। ਰਾਤੀ 2 ਵਜੇ ਮੈਨੂੰ ਫੋਨ ਕੀਤਾ ਜਾਂਦਾ ਸੀ, ਕਿਉਂ ਐਨਆਰਆਈਆਂ ਨਾਲ ਫੋਨ ਤੇ ਗੱਲ ਕਰਨੀ, ਉਹਨਾਂ ਨੂੰ ਕੰਫੀਡੈਂਸ ਦੇ ਵਿੱਚ ਲੈਂਦੀ ਕਿ ਦੇਖੋ ਆਹ ਲੇਡੀ ਸਾਡੇ ਨਾਲ ਕੰਮ ਕਰ ਸਕਦੀ ਹੈ, ਤੁਸੀਂ ਸਾਡੇ 'ਤੇ ਟਰੱਸਟ ਕਰੋ। ਮੈਂ ਬੜੀ ਵਾਰ ਇਹ ਗੱਲ ਕਹੀ ਕਿ ਰਾਤ ਨੂੰ 2 ਵਜੇ 3 ਵਜੇ ਇੱਕ ਲੇਡੀ ਨੂੰ ਫੋਨ ਕਰਨ ਦਾ ਤੁਹਾਡਾ ਕੋਈ ਮਤਲਬ ਨਹੀਂ ਬਣਦਾ, ਤੁਸੀਂ ਸੇਵਾ ਲਈ ਗੱਲ ਕਰਨੀ ਹੈ, ਤੁਸੀਂ ਦਿਨ ਵੇਲੇ ਫੋਨ ਕਰੋ, ਇਸ ਵੇਲੇ ਮੈਨੂੰ ਫੋਨ ਨਹੀਂ ਕਰਨਾ। ਪਰ ਨਹੀਂ, ਉਹ ਚੀਜ਼ਾਂ ਨਹੀਂ ਹੋਈਆਂ, ਇਸ ਕਰਕੇ ਮੈਂ ਥੋੜ੍ਹਾ ਪਿੱਛੇ ਹਟ ਗਈ। ਅਤੇ ਜਦੋਂ ਹੜਾਂ ਵੇਲੇ ਮੈਂ ਨਾਲ ਗਈ, ਪਹਿਲੀ ਵਾਰ ਸਰਵੇ ਵੇਲੇ ਨਾਲ ਗਈ ਹਾਂ, ਉਸ ਵੇਲੇ ਮੈਂ ਉਹਨਾਂ ਦੇ ਨਾਲ ਪੂਰਾ ਦਿਨ ਰਹੀ ਹਾਂ, ਅਤੇ ਉਹਨਾਂ ਨੇ ਮੈਨੂੰ ਲਾਈਵ ਹੋਣ ਲਈ ਕਿਹਾ, ਬਟ ਲਾਈਵ ਦੇ ਵਿੱਚ ਤੁਸੀਂ ਫਰੰਟ 'ਤੇ ਨਹੀਂ ਆਓਗੇ, ਲਾਈਵ ਦੇ ਵਿੱਚ ਫਰੰਟ ਦੇ ਉੱਤੇ ਸਿਰਫ ਮੈਂ ਹੀ ਰਹੂੰਗਾ। ਪਹਿਲੀ ਵਾਰ ਸਰਵੇ ਹੋਇਆ, ਮੈਂ ਕਿਤੇ ਨਹੀਂ ਸੀ, ਮੈਂ ਸਿਰਫ ਉਹਨਾਂ ਦਾ ਲਾਈਵ, ਇੱਕ ਕੈਮਰਾਮੈਨ ਬਣ ਕੇ ਉਹਨਾਂ ਦਾ ਲਾਈਵ ਬਣਾਇਆ ਅਤੇ ਉਹਨਾਂ ਦੇ ਨਾਲ ਖੜੀ। ਦੂਜੀ ਵਾਰ ਜਦੋਂ ਜਾਇਆ ਗਿਆ ਉੱਥੇ ਜੀ ਕੇ ਹੁਣ ਫਾਈਨਲੀ ਡਿਸਾਈਡ ਕਰਨਾ ਕਿ ਕਰਨਾ ਕੀ ਹੈ, ਅਤੇ ਸੁਲਤਾਨਪੁਰ ਜੋ ਲੋਧੀ ਜਾਂਦੇ ਹੋਏ ਰਸਤੇ ਦੇ ਵਿੱਚ ਚੀਜ਼ਾਂ ਮੈਨੂੰ ਦੱਸੀਆਂ ਗਈਆਂ ਕਿ ਆਪਾਂ ਜਿਹੜਾ ਲਾਈਵ ਕੀਤਾ ਸੀਗਾ, ਐਨਆਰਆਈਆਂ ਨਾਲ ਕੰਟੈਕਟ ਕੀਤਾ ਸੀਗਾ, 11 ਲੱਖ ਦੇ ਅਪਰੋਕਸੀਮੇਟ ਆਪਣੇ ਕੋਲ ਫੰਡ ਇਕੱਠਾ ਹੋ ਚੁੱਕਿਆ, ਅਤੇ ਹੁਣ ਆਪਾਂ ਉੱਥੇ ਜਾ ਕੇ ਡਿਸਾਈਡ ਕਰਨਾ ਹੈ ਵੀ ਆਪਾਂ ਕਿੰਨੀ ਕੁ ਡੋਨੇਸ਼ਨ ਇੱਥੇ ਅਤੇ ਕਿੰਨੀਆਂ ਕੁ ਫੈਮਿਲੀਜ਼ ਨੂੰ ਦੇਣੀ ਹੈ। ਅਤੇ ਉਹ ਵਾਪਸੀ ਵੇਲੇ ਉੱਥੇ ਪੂਰਾ ਦਿਨ ਫੈਮਿਲੀਜ਼ ਨੂੰ ਮਿਲੇ, ਗੁਰਦੁਆਰਾ ਸਾਹਿਬ ਗਏ, ਸਾਰੀ ਜਗ੍ਹਾ ਜਿੱਥੇ ਜਿੱਥੇ ਵੀ ਸਰਪੰਚ ਸਾਹਿਬ ਨੂੰ ਮਿਲੇ, ਡਿਸਾਈਡ ਹੋਇਆ ਕਿ ਜੀ 21,000 ਰੁਪਇਆ ਪਰ ਫੈਮਿਲੀ ਨੂੰ ਦਿੱਤਾ ਜਾਏਗਾ, 21,000 ਪਰ ਫੈਮਿਲੀ, ਇਹ ਡਿਸਾਈਡ ਹੋ ਗਿਆ ਸੀਗਾ 11 ਲੱਖ ਦੇ ਵਿੱਚੋਂ ਦੇਣ ਦਾ। ਤੇ ਜਦੋਂ ਉਹ ਪੈਸੇ ਵੰਡਣ ਜਾਣ ਦਾ ਟਾਈਮ ਆਇਆ ਤੇ ਮੈਨੂੰ ਦੱਸਿਆ ਨਹੀਂ ਗਿਆ, ਮੈਨੂੰ ਇਨਫੋਰਮ ਵੀ ਨਹੀਂ ਕੀਤਾ ਗਿਆ, ਮੈਨੂੰ ਇੱਕ ਵਾਰੀ ਵੀ ਦੱਸਣਾ ਜ਼ਰੂਰੀ ਨਹੀਂ ਸਮਝਿਆ ਗਿਆ ਕਿ ਅਸੀਂ ਇਹ ਚੀਜ਼ ਕਰਨ ਜਾ ਰਹੇ ਹਾਂ। ਮੈਂ ਵੀ ਸਿੱਖ ਵੈਲਫੇਅਰ ਕਾਊਂਸਲ ਦਾ ਇੱਕ ਹਿੱਸਾ ਸੀ, ਮੈਨੂੰ ਵੀ ਹਰ ਵੇਲੇ ਕੰਮ ਵੇਲੇ ਜਦੋਂ ਪਾਪੂਲਰ ਹੋਣਾ, ਫੇਸ ਵੈਲਿਊ ਬਣਾਉਣੀ, ਉਦੋਂ ਯੂਜ਼ ਕੀਤਾ ਜਾਂਦਾ ਸੀ, ਬਟ ਜਦੋਂ ਉਹ ਫੰਡ ਯੂਜ਼ ਕਰਿਆ ਜਾ ਰਿਹਾ ਉਦੋਂ ਮੈਨੂੰ ਪਿੱਛੇ ਕਰ ਦਿੱਤਾ ਜਾਂਦਾ ਸੀ, ਕਿਉਂਕਿ ਮੇਰੇ ਸਵਾਲਾਂ ਤੋਂ ਸ਼ਾਇਦ ਡਰ ਲੱਗਦਾ ਸੀ। ਜਦੋਂ ਮੋਦੀ ਖਾਨਾ ਖੋਲਿਆ ਗਿਆ ਉਦੋਂ ਤੁਹਾਡੇ ਮਨ ਦੇ ਵਿੱਚ ਨਹੀਂ ਆਇਆ ਕਿ ਇਹ ਚੀਜ਼ ਨੂੰ ਐਕਸਪੋਜ਼ ਕੀਤਾ ਜਾਵੇ? ਮੈਂ ਬਾਰੀ ਬਾਰ ਉਹਨਾਂ ਤੋਂ ਦੂਰ ਰਹਿਣਾ ਚਾਹੁੰਦੀ ਸੀ, ਕਿਉਂਕਿ ਮੈਂ ਬੜੀ ਵਾਰ ਫੇਸ ਕਰ ਚੁੱਕੀ, ਮੇਰੇ ਫੋਨ ਕਾਲਸ ਨਹੀਂ ਅਟੈਂਡ ਕੀਤੇ ਜਾਂਦੇ ਸੀ, ਮੇਰੀ ਕਿਸੇ ਵੀ ਗੱਲ ਦੀ ਸੁਣਵਾਈ ਨਹੀਂ ਹੁੰਦੀ ਸੀ। ਮੈਂ ਮੋਦੀ ਖਾਨਾ ਖੁੱਲਿਆ ਜਿਸ ਦਿਨ, ਉਸ ਤੋਂ ਇੱਕ ਦਿਨ ਪਹਿਲਾਂ ਜਦੋਂ ਮੈਨੂੰ ਪਤਾ ਚੱਲਿਆ, ਮੈਂ ਉਹਨੂੰ ਕਾਲ ਕੀਤੀ ਅਤੇ ਮੈਨੂੰ ਵਟਸਐਪ 'ਤੇ ਮੈਸੇਜ ਆਇਆ, ਥੈਂਕਸ ਐਂਡ ਹੱਥ ਜੋੜ ਲਏ, ਅਤੇ ਮੈਨੂੰ ਬਲੌਕ ਕਰ ਦਿੱਤਾ ਗਿਆ। ਨਾਲੇ ਜਿਹੜਾ ਇੱਥੇ ਗੁਰੂ ਨਾਨਕ ਮੋਦੀ ਖਾਨਾ ਖੋਲਿਆ ਗਿਆ, ਉਹ ਇਕੱਲਾ ਬਲਜਿੰਦਰ ਸਿੰਘ ਜਿੰਦੂ ਦਾ ਪ੍ਰੋਜੈਕਟ ਨਹੀਂ ਹੈਗਾ, ਇਹ ਸਾਰੀ ਕੌਮ ਦਾ, ਸਾਰੀ ਕਮਿਊਨਿਟੀ ਦਾ, ਸਾਰੇ ਪੰਜਾਬੀਆਂ ਦਾ ਸਾਂਝਾ ਪ੍ਰੋਜੈਕਟ ਸੀ। ਇਹ ਸੈਂਸਿਟਿਵ ਪ੍ਰੋਜੈਕਟ ਹੋਣ ਦੇ ਨਾਤੇ ਸਾਰੇ ਬੰਦਿਆਂ ਦੀ ਇਹੀ ਮਨਸ਼ਾ ਸੀ। ਇੱਕ ਪੰਜਾਬੀ ਦੀ ਬੜੀ ਪੁਰਾਣੀ ਕਹਾਵਤ ਆ, ਵਾਰਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਆਦਤਾਂ ਦਾ ਤਾਂ ਸਾਰਿਆਂ ਨੂੰ ਪਤਾ ਹੀ ਸੀ, ਆਦਤਾਂ ਤਾਂ ਕੋਈ ਨਹੀਂ ਛੁਪਿਆ ਸੀ, ਗੱਲ ਸਿਰਫ ਮਸਲਾ ਸਿਰਫ ਇੱਥੇ ਸੀ ਵੀ ਇਹ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਲੈ ਕੇ ਪ੍ਰੋਜੈਕਟ ਹੈ। ਜਦੋਂ ਕੋਈ ਬੰਦਾ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਇੱਦਾਂ ਦੀਆਂ ਕੋਠੀਆਂ ਹਰਕਤਾਂ ਕਰਦਾ ਤਾਂ ਉਹਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਦੂਜੇ ਨੰਬਰ 'ਤੇ ਮੈਨੂੰ ਇੱਥੇ ਡਰਾਈਵਰ ਦੱਸਿਆ ਜਾਂਦਾ। ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਮੈਂ ਡਰਾਈਵਰ ਵੀ ਹਾਂ, ਮੈਂ ਝਾੜੂਦਾਰ ਵੀ ਹਾਂ, ਮੈਂ ਨੌਕਰ ਵੀ ਹਾਂ, ਮੈਂ ਕੂਕਰ ਵੀ ਹਾਂ, ਅਤੇ ਗੁਰੂ ਨਾਨਕ ਕਿਹਦਾ ਵਾ? ਗੁਰੂ ਨਾਨਕ ਦੇ ਘਰ ਦਾ। ਇੱਦੂ ਘਟੀਆ ਮਾਨਸਿਕਤਾ ਵਾਲਾ ਬੰਦਾ ਨਹੀਂ ਹੋ ਸਕਦਾ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਸਮਝਣ ਲੱਗ ਜਾਵੇ। ਜੇ ਤੁਹਾਨੂੰ ਕੋਈ ਵਹਿਮ ਅਤੇ ਮਨਸ਼ਾ ਨਾ, ਤੁਸੀਂ ਮੇਰੇ ਘਰੇ ਜਾ ਕੇ ਦੇਖੋ, ਜਿਹੜੀ ਗੱਡੀ ਤੁਸੀਂ ਚੱਕੀ ਫਿਰਦੇ ਹੋ ਨਾ, ਇੱਦੂ ਉੱਤੇ ਵਾਲਾ ਟੋਪ ਵਾਲਾ ਮਾਡਲ ਆ ਮੇਰੇ ਕੋਲੇ। ਇਹ ਬੜਾ ਹਾਸੋਹੀਣਾ ਵਾ ਇਹ ਵੀ ਇੱਕ ਜਿਹੜਾ ਡਰਾਈਵਰ ਆ ਉਹਦੇ ਕੋਲੇ ਟੋਪ ਮਾਡਲ ਗੱਡੀ ਹੋਵੇ ਅਤੇ ਜਿਹੜਾ ਮਾਲਕ ਬਣਿਆ ਫਿਰਦਾ ਉਹ ਬੇਸ ਮਾਡਲ ਗੱਡੀ ਲਈ ਫਿਰਦਾ ਹੋਵੇ। ਬਲਜਿੰਦਰ ਸਿੰਘ ਜਿੰਦੂ ਜੀ ਨੇ ਪ੍ਰਿੰਸ ਵੀਰ ਸਾਡੇ ਨੂੰ ਹਨਾ ਜਿਹੜਾ ਡਰਾਈਵਰ ਕਹਿ ਕੇ ਜਿਹੜਾ ਸੰਬੋਧਨ ਕੀਤਾ, ਵੈਸੇ ਤਾਂ ਮੈਂ ਕਹੂੰਗਾ ਵੀ ਇਹ ਉਹਨਾਂ ਦੀ ਜਿਹੜੀ ਬਹੁਤ ਘਟੀਆ ਮਾਨਸਿਕਤਾ, ਜਿਹੜੀ ਨੀਚੇ ਪੱਧਰ ਤੇ ਜਾ ਕੇ ਜਿਹੜੀ ਉਹ ਅੱਜ ਪੋਲਿਟਿਕਸ ਖੇਡ ਰਹੇ ਆ। ਸੋ ਅਸੀਂ ਇਹਨੇ ਨੀਵੇਂ ਪੱਧਰ ਤੇ ਜਾ ਨਹੀਂ ਸਕਦੇ ਕਿ ਡਰਾਈਵਰ ਦੱਸਦਾ ਮੈਨੂੰ ਮਲੰਗ ਦੱਸਦਾ ਨੰਗ ਦੱਸਦਾ, ਈਵਨ ਕਿ ਮੇਰੇ ਇਨਲੋਸ ਤੱਕ ਉਹਨਾਂ ਨੇ ਜਿਹੜੀ ਆ ਭੱਦੀ ਸ਼ਬਦਾਵਲੀ ਵਰਤੀ ਹੈ। ਤੇ ਜੇ ਬਲਜਿੰਦਰ ਸਿੰਘ ਜਿੰਦੂ ਜੀ ਮੈਂ ਤੁਹਾਡੇ ਪਤੜੇ ਇਨਲੋਸ ਨੂੰ ਲੈ ਕੇ ਬੋਲਣ ਤੇ ਆ ਗਿਆ ਤੇ ਤੁਸੀਂ ਜਿਹੜਾ ਮੀਡੀਆ ਤੋਂ ਮੂੰਹ ਬਚਾ ਬਚਾ ਕੇ ਭੱਜਣਾ, ਤੇ ਮੈਂ ਉਸ ਗੱਲ 'ਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਅਸੀਂ ਇੰਨਾ ਗਿਰ ਨਹੀਂ ਸਕਦੇ। ਤੇ ਪ੍ਰਿੰਸ ਵੀਰ ਨੂੰ ਡਰਾਈਵਰ ਦੱਸਦਾ ਸੀ ਨਾ, ਡਰਾਈਵਰਾਂ ਨੂੰ ਕੋਈ ਆਪਣੇ ਨਾਲ ਖੜ ਕੇ ਹਾਰ ਨਹੀਂ ਪਾਉਂਦਾ। ਜਦੋਂ ਇਹ ਜਲੰਧਰ ਤੋਂ ਵੀਰ ਆਏ ਨੇ ਕਿ ਗੁਰੂ ਨਾਨਕ ਮੋਦੀ ਖਾਨੇ ਦੀ ਸੇਵਾ ਬਹੁਤ ਜ਼ਿਆਦਾ ਤੁਸੀਂ ਵਧੀਆ ਕਰ ਰਹੇ ਹੋ, ਇਹ ਟੀਮ ਨੂੰ ਹਾਰ ਪਾਉਣ ਵਾਸਤੇ ਆਏ ਸੀਗੇ ਕਿ ਬਹੁਤ ਸੇਵਾ ਕਰ ਰਹੇ ਹੋ, ਤੇ ਜਿਹੜੇ ਬੰਦੇ ਨੰਗ ਤੇ ਮਲੰਗ ਨੇ ਉਹਨਾਂ ਨੂੰ ਕੋਈ ਹਾਰ ਨਹੀਂ ਪਾਉਂਦਾ, ਤਰਨਜੋਤ ਸਿੰਘ ਜੀ ਖੜੇ ਨੇ। ਜਿਹੜੇ ਬੰਦੇ ਡਰਾਈਵਰ ਹੁੰਦੇ ਨੇ ਉਹਨਾਂ ਨੂੰ ਕੋਈ ਹਾਰ ਨਹੀਂ ਪਾਉਂਦਾ, ਆ ਪ੍ਰਿੰਸ ਜੀ ਨਾਲ ਖੜੇ ਨੇ। ਤੇ ਜਿਹੜੀ ਵੀਡੀਓ ਅਸੀਂ ਪਹਿਲੀ ਅਪਲੋਡ ਕੀਤੀ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇਹ ਜਿਹੜੇ ਬੰਦੇ ਨੇ ਮੈਂ ਇਹਨਾਂ ਨੂੰ ਜਾਣਦਾ ਨਹੀਂ, ਜਿਹੜੀ ਸਾਡੀ ਪਹਿਲੀ ਉਹ ਵੀਡੀਓ ਤੁਸੀਂ ਸਾਰੇ ਮੀਡੀਆ ਵਾਲੇ ਦੇਖੀ ਵੀ ਅਸੀਂ ਸਿੱਖ ਵੈਲਫੇਅਰ ਕੌਂਸਲ ਤੋਂ ਕਿਨਾਰਾ ਕਰਦੇ ਹਾਂ। ਉਹਦੇ ਪਿੱਛੇ ਜਿੰਨੇ ਬੰਦੇ ਖੜੇ ਸੀ ਬਲਜਿੰਦਰ ਸਿੰਘ ਜਿੰਦੂ ਜੀ ਦਾ ਐਲੀਗੇਸ਼ਨ ਸੀ ਕਿ ਅਸੀਂ ਉਹਨਾਂ ਨੂੰ ਜਾਣਦੇ ਸੀ। ਆਹ ਖੜਾ ਮਨਦੀਪ ਪ੍ਰਿੰਸ ਵੀਰਾ, ਦੱਸੋ ਕਿੱਥੇ ਨਹੀਂ ਜਾਣਦੇ ਤੁਸੀਂ? ਆਹ ਮੈਂ ਤੁਹਾਨੂੰ ਫੋਟੋ ਜਿਹੜੀ ਆ ਹੋਰ ਦਿਖਾ ਦਿੰਦਾ। ਆਹ ਖੜਾ ਸਾਡਾ ਸ਼ਾਮੂ ਵੀਰਾ, ਦੱਸੋ ਤੁਸੀਂ ਕਿੱਥੇ ਨਹੀਂ ਜਾਣਦੇ? ਆਹ ਸਾਡੀ ਟੀਮ ਸਾਰੀ ਖੜੀ ਆ, ਮੈਂ ਤੁਹਾਨੂੰ ਫੋਟੋ ਦਿਖਾ ਦਿੰਦਾ ਵੀ ਜਿੱਥੇ ਇਹਨਾਂ ਨੇ ਕਿਹਾ ਗਿਆ ਕਿ ਮੈਂ ਨਹੀਂ ਜਾਣਦਾ, ਸਾਰੀ ਟੀਮ
ਕੌਣ ਦਿਓ ਤੁਸੀਂ ਆਹ ਦੇਖ ਲਓ ਜੀ ਇੱਥੇ ਮੈਨੂੰ ਜਾਣਦੇ ਬੰਨੇ ਵੀਰ ਦੀ ਫੋਟੋ ਦੇਖ ਲਓ ਜਿਸ ਦਿਨ ਵੀਡੀਓ ਵਾਇਰਲ ਹੋਈ ਹੈ ਮੈਡੀਸਨ ਨੂੰ ਲੈ ਕੇ ਜਿੱਥੋਂ ਵੀਡੀਓ ਤੋਂ ਇਸ ਵੀਡੀਓ ਤੋਂ ਬਹੁਤ ਜ਼ਿਆਦਾ ਹਾਈਪ ਮਿਲਿਆ ਗੁਰੂ ਨਾਨਕ ਮੋਦੀ ਖਾਨ ਦੇ ਪ੍ਰੋਜੈਕਟ ਨੂੰ ਆਹ ਬਲਜਿੰਦਰ ਸਿੰਘ ਜਿੰਦੂ ਜੀ ਆਪ ਇਕੱਲੇ ਇਕੱਲੇ ਬੰਦੇ ਦੀ ਇੰਟਰੋਡਕਸ਼ਨ ਕਰਾ ਰਹੇ ਆ ਸਾਰੇ ਆਵਾਮ ਨੂੰ ਸਾਰੇ ਲੋਕਾਂ ਨੂੰ ਅੱਜ ਤੁਸੀਂ ਕਹਿੰਦੇ ਹੋ ਕਿ ਮੈਂ ਕਿਸੇ ਨੂੰ ਜਾਣਦਾ ਨਹੀਂ ਜਦੋਂ ਕੋਈ ਤੁਹਾਡੇ ਤੋਂ ਸਵਾਲ ਪੁੱਛੇ ਉਦੋਂ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਤੁਸੀਂ ਬਿਲਕੁਲ ਸਹੀ ਸਵਾਲ ਕੀਤਾ ਜਿਹੜੇ ਅੱਜ ਉਹ ਨਾਲ ਬਿਠਾਈ ਬੈਠੇ ਨੇ ਵੀ ਉਹ ਟੀਮ ਕੌਣ ਹੈ ਹਨਾ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਅੱਡ ਹੋ ਗਏ ਉਹ ਟੀਮ ਕੌਣ ਹੈ ਉਸ ਟੀਮ ਦੇ ਵਿੱਚੋਂ ਇੱਕ ਵੀ ਮੈਂਬਰ ਦੀ ਮੈਨੂੰ ਗੁਰੂ ਨਾਨਕ ਮੋਦੀ ਖਾਨ ਨੇ ਖੁੱਲੇ ਤੋਂ ਪਹਿਲਾਂ ਦੀ ਕੋਈ ਉਹਨਾਂ ਦੇ ਨਾਲ ਫੋਟੋ ਦਿਖਾ ਦਿਓ ਸਿਰਫ ਦੋ ਮੈਂਬਰ ਇੱਕ ਤਾਂ ਅੰਮ੍ਰਿਤਪਾਲ ਸਿੰਘ ਜੀ ਤੇ ਦੂਜਾ ਜਿਹੜੇ ਪਿੱਛੇ ਬੈਠੇ ਆ ਬਲਵੀਰ ਸਿੰਘ ਜੀ ਉਹ ਜਿਹੜੇ ਪਿੱਛੇ ਬੈਠੇ ਆ ਬਲਵੀਰ ਸਿੰਘ ਜੀ ਪੀਲੀ ਪੱਗ ਵਾਲੇ ਜਿਸ ਦਿਨ ਪ੍ਰੈਸ ਕਾਨਫਰੰਸ ਹੋਈ ਆ ਮੇਰੇ ਕੋਲ ਰਿਕਾਰਡਿੰਗ ਪਈ ਆ ਉਹ ਸਵੇਰੇ 8:30-9 ਤਾਂ ਫੋਨ ਕਰਕੇ ਮੈਨੂੰ ਸਾਰੀ ਡਿਟੇਲ ਲੈ ਰਿਹਾ ਕਿ ਗੁਰੂ ਨਾਨਕ ਮੋਦੀ ਖਾਨਾ ਖੁੱਲਿਆ ਅੱਡ ਕਿਉਂ ਹੋ ਗਏ ਕੀ ਮਸਲਾ ਹੋਇਆ ਕੀ ਸਾਰੀ ਕੋਈ ਗੱਲ ਸੀਗੀ ਤੁਸੀਂ ਬੈਠੋ ਬਹਿ ਕੇ ਮਸਲਾ ਸੁਲਝਾ ਲੈਂਦੇ ਆ ਉਦੋਂ ਤੱਕ ਤਾਂ ਉਹਨਾਂ ਨੂੰ 1,00,000 ਰੁਪਏ ਵਾਲੀ ਗੱਲ ਨਹੀਂ ਪਤਾ ਸੀ ਅੱਜ ਉਹ ਕਹਿੰਦੇ ਆ ਕਿ ਮੇਰੀ ਕੋਰ ਕਮੇਟੀ ਨੂੰ 1,00,000 ਰੁਪਏ ਵਾਲੀ ਗੱਲ ਪਤਾ ਲੱਗੀ ਤੇ ਇਸ ਕਰਕੇ ਕੋਰ ਕਮੇਟੀ ਨੇ ਵਿਰੋਧ ਕੀਤਾ ਤੇ 1,00,000 ਰੁਪਏ ਅਸੀਂ ਵਾਪਸ ਮੰਗ ਲਿਆ ਸਵੇਰੇ ਤੁਹਾਡੀ 100 ਪਾਉਂਡ ਕੋਰ ਕਮੇਟੀ ਦਾ ਮੈਂਬਰ ਸਰਦਾਰ ਬਲਵੀਰ ਸਿੰਘ ਜੀ ਜਿਹੜੇ ਪਿੱਛੇ ਬੈਠੇ ਨੇ ਉਹ 8:30-9 ਫੋਨ ਕਰਕੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਤਾਂ ਮੇਰੇ ਤੋਂ ਡਿਟੇਲ ਲੈ ਰਿਹਾ ਉਹ ਕਾਹਦੀ ਕੋਰ ਕਮੇਟੀ ਹੈ ਜੀ ਦੱਸੋ ਜਿਹੜੀ 2 ਸਾਲਾਂ ਤੋਂ ਗਰਾਊਂਡ ਲੈਵਲ ਤੇ ਨਹੀਂ ਉਤਰੀ ਘਰੇ ਬਹਿ ਕੇ ਜੇ ਤੁਸੀਂ ਕਹਿੰਦੇ ਹੋ ਬਜ਼ੁਰਗ ਆ ਸਾਡੀ ਕੋਰ ਕਮੇਟੀ ਘਰੇ ਬਹਿ ਕੇ ਹੁਕਮ ਚਲਾ ਰਹੀ ਸੀ ਤਾਂ ਸਤਿ ਸ੍ਰੀ ਅਕਾਲ ਇਹੋ ਜਿਹੀ ਕੋਰ ਕਮੇਟੀਆਂ ਨੂੰ ਅਸੀਂ ਇਹੋ ਜਿਹੀ ਕੋਰ ਕਮੇਟੀ ਨਾਲ ਕੰਮ ਵੀ ਨਹੀਂ ਕਰ ਸਕਦੇ ਜਿਹੜੇ ਘਰੇ ਬਹਿ ਕੇ ਹੁਕਮ ਚਲਾਈ ਜਾਣ ਤੇ ਕਦੇ ਸਾਹਮਣੇ ਨਾ ਆਉਣ ਸਾਨੂੰ ਪਤਾ ਹੀ ਨਹੀਂ ਕੋਰ ਕਮੇਟੀ ਕੌਣ ਹੈ ਨਾ ਕਦੇ ਉਹ ਸਾਹਮਣੇ ਆਏ ਨਾ ਕਦੇ ਸਾਨੂੰ ਉਹਨਾਂ ਦਾ ਕੋਈ ਪਤਾ ਵੀ ਉਹ ਮੈਂਬਰ ਹੈ ਵੀ ਜਾਂ ਨਹੀਂ ਵੀ ਹੈ ਅੱਜ ਪਤਾ ਨਹੀਂ ਕਿਹੜੇ ਨਵੇਂ ਜਿਹੇ ਚੱਕ ਕੇ ਤੁਸੀਂ ਨਾਲ ਬਿਠਾ ਲਏ ਤੇ ਤੁਸੀਂ ਕਹਿੰਦੇ ਹੋ ਸਾਡੀ ਕੋਰ ਕਮੇਟੀ ਹੈ ਦੂਜੀ ਗੱਲ ਉਹਨਾਂ ਨੇ ਕਿਹਾ ਜੀ ਸਿੰਗਰਾਂ ਨੂੰ ਮਾੜਾ ਜਗਪਾਲ ਵੀਰ ਬੈਠਾ ਉਹਨਾਂ ਜਗਪਾਲ ਵੀਰ ਆਇਆ ਸੀ ਇਸ ਗੱਲ ਤੋਂ ਉਹਨਾਂ ਨੇ ਮੁੱਦਾ ਚੱਕਿਆ ਮੈਂ ਲਾ ਲਾ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਚੈਨਲ ਆ ਸਾਰਿਆਂ ਦਾ ਤਹਿ ਦਿਲ ਤੋਂ ਮੈਂ ਆਪਣਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਉੱਚੀ ਬੋਲ ਔਰ ਮੈਂ ਜਿੰਦੂ ਭਾਈ ਉਹਨਾਂ ਨੂੰ ਜਾਣਦਾ ਨਹੀਂ ਸੀਗਾ ਬਟ ਮੇਰੀ ਪ੍ਰਿੰਸ ਉਹਨਾਂ ਨਾਲ ਯਾਰੀ ਸੀ ਬਹੁਤ ਪਿਆਰ ਸੀ ਮੇਰੇ ਇਹਨਾਂ ਨਾਲ ਔਰ